ਇਹ ਗ੍ਰੇਲੂ ਨੂੰਸ ਕੇ ਜਾਣ ਕੇ ਹੈਰਾਨ ਰਹਿ ਜਾਊਂਗੀ ਨੰਬਰ 1 ਗੋਲ ਗੱਪੇ ਖਾਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ ਅਤੇ ਉਲਟੀ ਡਾਇਰੀਆ ਪੀਲੀਆ ਹੱਥਾਂ ਦੀ ਸੂਜ ਤੋਂ ਰਾਹਤ ਮਿਲਦੀ ਹੈ ਨੰਬਰ 2 ਜੇਕਰ ਤੁਹਾਡਾ ਗਲਾ ਖਰਾਬ ਹੋ ਗਿਆ ਹੈ ਤਾਂ ਤੱਵੇ ਉੱਪਰ ਥੋੜਾ ਜਿਹਾ ਪਾਣੀ ਪਾਓ ਤੇ ਥੋੜਾ ਜਿਹਾ ਨਮਕ ਮਿਲਾ ਕੇ ਉਸ ਨੂੰ ਗਰਮ ਕਰੋ ਅਤੇ ਪੀ ਲਓ ਨੰਬਰ 3 ਸਵੇਰੇ ਖਾਲੀ ਪੇਟ ਗੁਲਗੁਲੇ ਪਾਣੀ ਵਿੱਚ ਨਿੰਬੂ ਮਿਲਾ ਕੇ ਪੀਣ ਨਾਲ ਪੇਟ ਦੀ ਚਰਬੀ ਘੱਟ ਹੋ ਜਾਂਦੀ ਹੈ ਨੰਬਰ 4 ਜਿਆਦਾ ਚਾਹ ਪੀਣ ਨਾਲ ਕਫਟ ਦੂਰ ਹੋ ਜਾਂਦੀ ਹੈ ਪਰ ਸਾਨੂੰ ਉਸ ਤੋਂ ਵੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਨੰਬਰ 5 ਤਰਬੂਜ ਦਾ ਸੇਵਨ ਕਰਨ ਨਾਲ ਗੁਰਦੇ ਦੀ ਬਿਮਾਰੀ ਨਹੀਂ ਹੁੰਦੀ। ਨੰਬਰ 6 ਅੰਗੂਰ ਦਾ ਰਸ ਪੀਣ ਨਾਲ ਸਰੀਰ ਦਾ ਰੰਗ ਸਾਫ਼ ਹੋ ਜਾਂਦਾ ਹੈ। ਨੰਬਰ 7 ਜੇਕਰ ਤੁਹਾਡੇ ਹੱਥਾਂ ਪੈਰਾਂ ਵਿੱਚ ਦਰਦ ਰਹਿੰਦਾ ਹੈ ਤਾਂ ਉਸ ਦੀ ਵਜ੍ਹਾ ਹੈ ਚਾਹ। ਇਸ ਦਾ ਅਸਰ ਸਿੱਧਾ ਸਾਡੀਆਂ ਹੱਡੀਆਂ ਉੱਤੇ ਪੈਂਦਾ ਹੈ ਤੇ ਹੱਡੀਆਂ ਸਾਡੀਆਂ ਗਲਨ ਲੱਗ ਜਾਂਦੀਆਂ ਹਨ। ਨੰਬਰ 8 ਜੇਕਰ ਤੁਹਾਡਾ ਬੱਚਾ ਬਿਸਤਰੀ ਉੱਪਰ ਪੇਸ਼ਾਬ ਕਰਦਾ ਹੈ ਤਾਂ ਉਸ ਨੂੰ ਸੌਣ ਤੋਂ ਪਹਿਲਾਂ 1 ਗ੍ਰਾਮ ਅਜਵਾਇਣ ਕੁਝ ਦਿਨਾਂ ਤੱਕ ਜ਼ਰੂਰ ਖਵਾਓ ਇਸ ਤਰ੍ਹਾਂ ਕਰਨ ਨਾਲ ਇਸ ਮੁਸੀਬਤ ਤੋਂ ਛੁਟਕਾਰਾ ਮਿਲ ਜਾਵੇਗਾ ਨੰਬਰ 9 ਜਿਹੜੇ ਲੋਕ ਚੁਕੰਦਰ ਦੇ ਜੂਸ ਦਾ ਸੇਵਨ ਕਰਦੇ ਹਨ ਉਹਨਾਂ ਦਾ ਪੇਟ ਖਰਾਬ ਨਹੀਂ ਹੁੰਦਾ ਨੰਬਰ 10 ਖਰਬੂਜੇ ਦੇ ਬੀਜ ਨੂੰ ਦੁੱਧ ਵਿੱਚ ਪੀਸ ਕੇ ਪੀਣ ਨਾਲ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ ਨੰਬਰ 11 ਜਿਨ੍ਹਾਂ ਲੋਕਾਂ ਨੂੰ ਵਿਟਾਮਿਨ ਸੀ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਆਮਲੇ ਦੇ ਮਰਬੇ ਦਾ ਸੇਵਨ ਕਰਨਾ ਚਾਹੀਦਾ ਹੈ ਬਹੁਤ ਫਾਇਦੇਮੰਦ ਹੋਵੇਗਾ ਨੰਬਰ 1 ਸੋਜ ਵਾਲੀ ਜਗਾ ਉੱਪਰ ਪਾਣ ਦਾ ਪੱਤਾ ਰਗੜਨ ਨਾਲ ਸੋਜ ਜਲਦੀ ਠੀਕ ਹੋ ਜਾਂਦੀ ਹੈ ਨੰਬਰ 13 ਛੋਟੇ ਬੱਚੇ ਨੂੰ ਦਾਲ ਦਾ ਪਾਣੀ ਅਤੇ ਦਲੀਆ ਜ਼ਰੂਰ ਖਵਾਓ ਇਸ ਨਾਲ ਤਾਕਤ ਆਉਂਦੀ ਹੈ ਨੰਬਰ 14 ਜੇਕਰ ਸਰੀਰ ਤੇ ਕਿਤੇ ਵੀ ਦਾਣੇ ਨਿਕਲ ਗਏ ਹਨ ਤਾਂ ਖੁਰਕ ਹੋ ਰਹੀ ਹੈ ਤਾਂ ਐਲੋਵੀਰਾ ਲਗਾਓ ਬਹੁਤ ਹੀ ਫਾਇਦਾ ਹੋਵੇਗਾ ਨੰਬਰ 15 ਹਲਕੇ ਰੰਗ ਦੇ ਕੱਪੜੇ ਪਹਿਨਣ ਨਾਲ ਮਨ ਹਲਕਾ ਹੁੰਦਾ ਹੈ ਨੰਬਰ 16 ਛੋਟੇ ਬੱਚੇ ਨੂੰ ਗਾਂ ਦਾ ਦੁੱਧ ਹੀ ਪਿਆਉਣਾ ਚਾਹੀਦਾ ਹੈ ਕਿਉਂਕਿ ਗਾਂ ਦਾ ਦੁੱਧ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਨੰਬਰ 17 ਵਾਲਾਂ ਉੱਪਰ ਸਰੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ ਇਸ ਨਾਲ ਵਾਲ ਕਦੇ ਵੀ ਸਫੈਦ ਨਹੀਂ ਹੁੰਦੇ। ਨੰਬਰ 18 ਜੋੜਾਂ ਦੇ ਦਰਦ ਤੋਂ ਆਰਾਮ ਪਾਉਣ ਦੇ ਲਈ ਸਰੋਂ ਦੇ ਤੇਲ ਵਿੱਚ ਲਸਣ ਨੂੰ ਪਕਾ ਕੇ ਮਾਲਿਸ਼ ਕਰਨ ਨਾਲ ਦਰਦ ਠੀਕ ਹੋ ਜਾਂਦਾ ਹੈ। ਨੰਬਰ 19 ਰਾਤ ਨੂੰ اچانک ਜੇ ਠੰਡ ਦੇ ਕਾਰਨ ਪੇਟ ਵਿੱਚ ਦਰਦ ਹੋਣ ਲੱਗ ਜਾਵੇ ਤਾਂ ਕੱਚ ਦੀ ਬੋਤਲ ਵਿੱਚ ਗਰਮ ਪਾਣੀ ਪਾ ਕੇ ਸੇਕ ਦੇ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ। ਨੰਬਰ 2 ਬੇਸਨ ਦੇ ਵਿੱਚ ਦੁੱਧ ਤੇ ਨਿੰਬੂ ਮਿਲਾ ਕੇ ਹਫਤੇ ਦੇ ਵਿੱਚ ਇੱਕ ਵਾਰ ਚਿਹਰੇ ਉੱਪਰ ਲਗਾਉਣ ਨਾਲ ਸਕਿਨ ਟਾਈਟ ਹੋ ਜਾਵੇਗੀ। ਨੰਬਰ 21 ਸਵੇਰੇ ਉੱਠ ਕੇ ਐਕਸਰਸਾਈਜ਼ ਕਰਨ ਨਾਲ ਪੂਰੇ ਦਿਨ એનર્ਜੀ ਮਿਲਦੀ ਹੈ ਤੇ ਨਾਲ ਹੀ ਨਾਲ ਡਿਪਰੈਸ਼ਨ ਦੂਰ ਕਰਨ ਵਿੱਚ ਵੀ ਮਦਦ ਮਿਲਦੀ ਹੈ। ਨੰਬਰ 22 ਦਲੀਏ ਦਾ ਸੇਵਨ ਕਰਨ ਨਾਲ ਸਾਨੂੰ ਸਾਰੇ ਪੋਸ਼ਕ ਤੱਤ ਮਿਲ ਜਾਂਦੇ ਹਨ ਤੇ ਜਿਸ ਕਾਰਨ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ ਤੇ ਜੁਨਾ ਲੋਕਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਉਹ ਦੁੱਧ ਦੇ ਵਿੱਚ ਇਲਾਇਚੀ ਮਿਲਾ ਕੇ ਸੌਣ ਦੇ ਟਾਈਮ ਪੀ ਲੈਣ ਨੰਬਰ 24 ਸਰਦੀਆਂ ਦੇ ਵਿੱਚ ਗੁੜ ਤੇ ਖੰਜੂਰ ਦਾ ਸੇਵਨ ਕਰਨ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਨੰਬਰ 25 ਰਾਤ ਨੂੰ ਹਲਦੀ ਵਾਲਾ ਦੁੱਧ ਪੀਣ ਨਾਲ ਚਿਹਰੇ ਉੱਪਰ ਚਮਕ ਆਉਂਦੀ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 26 ਜੇਕਰ ਤੁਹਾਨੂੰ ਪਾਚਨ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਗਰਮ ਗਰਮ ਦੁੱਧ ਤੇ ਗੁੜ ਦਾ ਸੇਵਨ ਕਰਨ ਨਾਲ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨੰਬਰ 27 ਚੰਗੀ ਨੀਂਦ ਲੈਣ ਦੇ ਲਈ ਖਾਣਾ ਖਾਣ ਤੋਂ ਬਾਅਦ ਵੱਜਰ ਅਸਨ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 28 ਚਾਕਲੇਟ ਦਾ ਸੇਵਨ ਕਰਨ ਨਾਲ ਡਿਪਰੈਸ਼ਨ ਦੇ ਲੱਛਣਾਂ ਵਿੱਚ ਸੁਧਾਰ ਆ ਜਾਂਦਾ ਹੈ। ਨੰਬਰ 29 ਜਿੰਨਾ ਲੋਕਾਂ ਨੂੰ ਐਸ.ਟੀ.ਟੀ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਸਰੋਂ ਦੇ ਸਾਗ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਵਿੱਚ ਮੌਜੂਦ ਹਾਈ ਫਾਈਬਰ ਦੇ ਕਾਰਨ ਪੇਟ ਵਿੱਚ ਗੈਸ ਅਤੇ ਐਸ.ਟੀ.ਟੀ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 30 ਰਾਤ ਨੂੰ ਸੌਣ ਤੋਂ ਪਹਿਲਾਂ ਜੈਫਾਲਾ ਵਾਲਾ ਦੁੱਧ ਪੀਣ ਨਾਲ ਤੁਹਾਡੇ ਪੇਟ ਨਾਲ ਜੁੜੀਆਂ ਦਿੱਕਤਾਂ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਵਿੱਚ ਮੌਜੂਦ ਫਾਈਬਰ ਦੇ ਗੁਣ ਕਬਜ ਦੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ ਨੰਬਰ 31 ਬੈਸਲਿਨ ਫਟੀਆਂ ਅੱਡੀਆਂ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਹ ਸਾਡੀ ਸਕਿਨ ਨੂੰ ਮੋਇਸਚਰਾਈਜ਼ਰ ਕਰਨ ਵਿੱਚ ਮਦਦ ਕਰਦੀ ਹੈ ਤੇ ਇਸ ਨਾਲ ਸਾਡੀਆਂ ਅੱਡੀਆਂ ਸੌਫਟ ਹੋ ਜਾਂਦੀਆਂ ਹਨ ਨੰਬਰ 32 ਕੱਚੇ ਪਪੀਤੇ ਦੇ ਹਲਵੇ ਨੂੰ ਹਫ਼ਤੇ ਦੇ ਵਿੱਚ ਤਿੰਨ ਤੋਂ ਚਾਰ ਵਾਰ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਤੁਸੀਂ ਦੇਖੋਗੇ ਤੁਹਾਡੀ ਫੈਟ ਬਹੁਤ ਜਲਦੀ ਵਰਨ ਹੋਣ ਲੱਗ ਜਾਵੇਗੀ। ਨੰਬਰ 33 ਸਰੀਰ ਦੇ ਕਿਸੇ ਵੀ ਹਿੱਸੇ ਤੇ ਜੇਕਰ ਕੋਈ ਜ਼ਹਿਰੀਲਾ ਕੀੜਾ ਕੱਟ ਗਿਆ ਹੈ ਤਾਂ ਮੂਲੀ ਦਾ ਰਸ ਲਗਾਉਣ ਨਾਲ ਆਰਾਮ ਮਿਲਦਾ ਹੈ। ਨੰਬਰ 34 ਜੋ ਇਨਸਾਨ ਪਿਸ਼ਾਬ ਨੂੰ ਰੋਕਦਾ ਹੈ ਉਸ ਨੂੰ ਲੱਕਵੇ ਦੀ ਸਮੱਸਿਆ ਹੋ ਸਕਦੀ ਹੈ ਤੇ ਨਾਲ ਹੀ ਪੇਟ ਨਾਲ ਸੰਬੰਧਿਤ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 35 ਸਿਰ ਦਰਦ ਹੋਣ ਤੇ ਤਵੇ ਉੱਪਰ ਲੌਂਗ ਨੂੰ ਰੱਖ ਕੇ ਭੁੰਨ ਲਓ। ਹੁੰਦੀ ਹੋਈ ਲਾਗ ਨੂੰ ਸੁਗੰਧ ਨਾਲ ਸਿਰਦਰਦ ਤੁਰੰਤ ਉਹ ਬੰਦ ਹੋ ਜਾਵੇਗਾ ਨੰਬਰ 36 ਬੱਚਿਆਂ ਨੂੰ ਰੋਜ਼ਾਨਾ ਗਾਜਰ ਜ਼ਰੂਰ ਖਾਣੀ ਚਾਹੀਦੀ ਹੈ ਇਸ ਵਿੱਚ ਵਿਟਾਮਿਨ A ਹੁੰਦਾ ਹੈ ਜੋ ਸਾਡੇ ਅੱਖਾਂ ਲਈ ਬਹੁਤ ਜ਼ਰੂਰੀ ਹੈ ਨੰਬਰ 37 ਸੂਜੀ ਨੂੰ ਹਰ ਰੋਜ਼ ਖਾਣ ਨਾਲ ਹੱਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ ਨੰਬਰ 38 ਸ਼ਾਮ ਨੂੰ ਮਿੱਠੇ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 39 ਦਿਮਾਗ ਨੂੰ ਤੇਜ਼ ਕਰਨ ਦੇ ਲਈ ਦਹੀਂ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ। ਦਹੀਂ ਵਿੱਚ ਅਮੀਨੋ ਐਸਿਡ ਹੁੰਦਾ ਹੈ ਜਿਸ ਨਾਲ ਤਣਾਅ ਦੂਰ ਹੁੰਦਾ ਹੈ ਤੇ ਦਿਮਾਗ ਦੀ ਸ਼ਕਤੀ ਵੱਧਦੀ ਹੈ। ਨੰਬਰ 40 ਕਪੂਰ ਰਸੋਈ ਵਿੱਚ ਰੱਖਣ ਨਾਲ ਮੱਖੀਆਂ ਨਹੀਂ ਆਉਂਦੀਆਂ। ਨੰਬਰ 41 ਹਰ ਰੋਜ਼ ਯੋਗਾ ਕਰਨਾ ਸਾਡੇ ਸਰੀਰ ਲਈ ਲਾਭਦਾਇਕ ਹੁੰਦਾ ਹੈ। ਇਹ ਬਹੁਤ ਹੀ ਗੰਭੀਰ ਬਿਮਾਰੀਆਂ ਤੋਂ ਬਚਾ ਸਕਦਾ ਹੈ। ਨੰਬਰ 42 ਜੇਕਰ ਹੱਚਕੀ ਨਹੀਂ ਰੁਕ ਰਹੀ ਤਾਂ ਥੋੜਾ ਥੋੜਾ ਪਾਣੀ ਪੀਂਦੇ ਰਹੋ। ਇਸ ਨਾਲ ਤੁਹਾਡੀ ਹੱਚਕੀ ਰੁਕ ਜਾਵੇਗੀ। ਨੰਬਰ 43 ਜੇਕਰ ਤੁਹਾਡੇ ਪੇਟ ਵਿੱਚ ਕੀੜੇ ਹਨ ਤਾਂ ਲੱਸੀ ਵਿੱਚ ਅਜਵਾਇਨ ਦਾ ਚੂਰਨ ਮਿਲਾ ਕੇ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। ਨੰਬਰ 44 ਖਾਣਾ ਖਾਣ ਤੋਂ ਪਹਿਲਾਂ ਟਮਾਟਰ ਦਾ ਸੂਪ ਪੀਣ ਨਾਲ ਜਾਂ ਟਮਾਟਰ ਨੂੰ ਕੱਚੇ ਖਾਣ ਨਾਲ ਵਜਨ ਘਟਾਉਣ ਵਿੱਚ ਮਦਦ ਮਿਲਦੀ ਹੈ। ਧਿਆਨ ਰੱਖਣ ਯੋਗ ਬਹੁਤ ਹੀ ਜ਼ਰੂਰੀ ਗੱਲਾਂ। ਨੰਬਰ 1 ਸਵੇਰੇ ਖਾਲੀ ਪੇਟ ਤਲਿਆ ਹੋਇਆ ਜਾਂ ਚਟਪਟਾ ਖਾਣ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਨੰਬਰ 2 ਦੁੱਧ ਅਤੇ ਕੇਲੇ ਨੂੰ ਇਕੱਠੇ ਖਾਣ ਨਾਲ ਪੇਟ ਖਰਾਬ ਹੋ ਸਕਦਾ ਹੈ। ਨੰਬਰ 10 ਰਾਤ ਨੂੰ ਚੌਲ ਖਾਣ ਨਾਲ ਪੇਟ ਵੱਧ ਜਾਂਦਾ ਹੈ। ਨੰਬਰ 4 ਠੰਡਾ ਪਾਣੀ ਪੀਣ ਤੋਂ ਬਾਅਦ ਚਾਹ ਬਿਲਕੁਲ ਨਹੀਂ ਪੀਣੀ ਚਾਹੀਦੀ। ਨੰਬਰ 5 ਖਾਣਾ ਖਾਣ ਤੋਂ ਤੁਰੰਤ ਬਾਅਦ ਰੁਹਣਾ ਨਹੀਂ ਚਾਹੀਦਾ। ਇਸ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਨੰਬਰ 6 ਸਲਾਦ ਵਿੱਚ ਪੱਤਾ ਗੋਭੀ ਖਾਣ ਨਾਲ ਬਾਥਰੂਮ ਖੁੱਲ ਕੇ ਆਉਣ ਲੱਗ ਜਾਂਦਾ ਹੈ। ਨੰਬਰ 7 ਜੇਕਰ ਤੁਹਾਡਾ ਪੇਟ ਜ਼ਿਆਦਾ ਵੱਧ ਰਿਹਾ ਹੈ, ਲਸਣ ਦੇ ਰਸ ਦੀ ਮਾਲਿਸ਼ ਕਰਨ ਨਾਲ ਵੱਧਦਾ ਹੋਇਆ ਪੇਟ ਘਟਣ ਲੱਗ ਜਾਵੇਗਾ। ਨੰਬਰ 8 ਜਿਸ ਦੇ ਸਿਰ ਉੱਪਰ ਵਾਲ ਘੱਟ ਹੋਣ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਛੋਲਿਆਂ ਦੀ ਦਾਲ ਦਾ ਪਾਣੀ ਸਿਰ ਉੱਤੇ ਲਗਾਉਣਾ ਚਾਹੀਦਾ ਹੈ ਇਸ ਨਾਲ ਹੌਲੀ ਹੌਲੀ ਵਾਲ ਆਉਣੇ ਸ਼ੁਰੂ ਹੋ ਜਾਣਗੇ ਨੰਬਰ 9 ਵਾਲਾਂ ਨੂੰ ਧੋਣ ਤੋਂ ਬਾਅਦ ਤੌਲੀਏ ਨਾਲ ਜ਼ਿਆਦਾ دیر ਤੱਕ ਲਪੀਟ ਕੇ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਵਾਲਾਂ ਦੀ ਚਮਕ ਖਤਮ ਹੋ ਜਾਂਦੀ ਹੈ ਨੰਬਰ 10 ਹਰ ਰੋਜ਼ ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 11 ਨਿੰਬੂ ਦਾ ਰਸ ਕੰਘੀ ਉੱਪਰ ਲਗਾ ਕੇ ਵਾਲਾਂ ਵਿੱਚ ਫੇਰਨ ਨਾਲ ਵਾਲ ਸੁੰਦਰ ਹੋ ਜਾਂਦੇ ਹਨ। ਨੰਬਰ 12 ਖਾਣਾ ਖਾਣ ਤੋਂ ਬਾਅਦ ਇੱਕ ਵੱਡੀ ਇਲਾਇਚੀ ਖਾਣ ਨਾਲ ਖਾਣਾ ਛੇਤੀ ਹজম ਹੋ ਜਾਂਦਾ ਹੈ। ਨੰਬਰ 13 ਪਾਣੀ ਪੀਣ ਤੋਂ ਬਾਅਦ ਝੁਕੜਨਾ ਨਹੀਂ ਚਾਹੀਦਾ। ਇਸ ਨਾਲ ਪਾਣੀ ਸਾਹ ਵਾਲੀ ਨਾਲੀ ਵਿੱਚ ਜਾ ਸਕਦਾ ਹੈ। ਨੰਬਰ 14 ਜਿਹੜੇ ਲੋਕ ਆਲੂਆਂ ਦਾ ਜ਼ਿਆਦਾ ਸੇਵਨ ਕਰਦੇ ਹਨ ਉਹਨਾਂ ਦਾ ਵਜ਼ਨ ਛੇਤੀ ਵਧਣ ਲੱਗ ਜਾਂਦਾ ਹੈ। ਨੰਬਰ 15 ਪੇਟ ਦੀ ਗੈਸ ਨੂੰ ਠੀਕ ਕਰਨ ਦੇ ਲਈ ਸੁੱਕਾ ਪਦੀਨਾ ਖਾਣਾ ਚਾਹੀਦਾ ਹੈ ਪੇਟ ਦੀ ਗੈਸ ਦੂਰ ਹੋ ਜਾਵੇਗੀ ਨੰਬਰ 16 ਜਿਨ੍ਹਾਂ ਲੋਕਾਂ ਦੇ ਵਾਲ ਸਫੇਦ ਹੋ ਰਹੇ ਹਨ ਉਹਨਾਂ ਨੂੰ ਆਪਣੇ ਵਾਲਾਂ ਤੇ ਅਨਾਰ ਦਾ ਰਸ ਲਗਾਉਣਾ ਚਾਹੀਦਾ ਹੈ ਨੰਬਰ 17 ਖੰਡ ਸਾਡੇ ਸਰੀਰ ਨੂੰ ਸਿਗਰਟ ਜਿੰਨਾ ਹੀ ਨੁਕਸਾਨ ਪਹੁੰਚਾਉਂਦੀ ਹੈ ਨੰਬਰ 18 ਰਾਤ ਨੂੰ 10-12 ਕਸ਼ਮਿਸ਼ ਭਿਉਂ ਕੇ ਰੱਖ ਦਿਓ ਸਵੇਰੇ ਖਾਲੀ ਪੇਟ ਉਹਨਾਂ ਦਾ ਸੇਵਨ ਕਰ ਲਓ ਇਸ ਤਰ੍ਹਾਂ ਕਰਨ ਨਾਲ ਖੂਨ ਸਾਫ ਹੋ ਜਾਂਦਾ ਹੈ ਨੰਬਰ 19 ਤਾਂ ਨੂੰ ਇੱਕ ਕਿਲਾ ਰੋਜ਼ ਖਾਣਾ ਚਾਹੀਦਾ ਹੈ ਇਸ ਵਿੱਚ ਭਰਪੂਰ ਮਾਤਰਾ ਵਿੱਚ ਜ਼ਿੰਕ ਹੁੰਦਾ ਹੈ ਜੋ ਸਾਡੀ ਸਕਿਨ ਅਤੇ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 1 ਸਾਨੂੰ ਜ਼ਿਆਦਾਤਰ ਖਾਣਾ ਲੋਹੀ ਦੀ ਕੜਾਹੀ ਵਿੱਚ ਬਣਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਨਹੀਂ ਹੁੰਦੀ ਨੰਬਰ 21 ਕੇਲੇ ਨੂੰ ਕਦੇ ਵੀ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਖਾਲੀ ਪੇਟ ਕੇਲਾ ਖਾਣ ਨਾਲ ਸਰੀਰ ਵਿੱਚ ਮੈਗਨੀਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਰਕੇ ਸਾਡੇ ਸਰੀਰ ਵਿੱਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਮਾਤਰਾ ਦਾ ਸੰਤੁਲਨ ਨਹੀਂ ਬਣਦਾ ਨੰਬਰ 2 ਕਿਡਨੀ ਸਟੋਨ ਨੂੰ ਦੂਰ ਕਰਨ ਦੇ ਲਈ ਨਿਯਮਤ ਰੂਪ ਵਿੱਚ ਤਰਬੂਜ਼ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 3 ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਥੋੜੀ ਦੇਰ ਤੱਕ ਸਾਨੂੰ ਆਰਾਮ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 24 ਰਾਤ ਨੂੰ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ। ਜ਼ਿਆਦਾ ਪਾਣੀ ਦਾ ਸੇਵਨ ਕਰਨ ਨਾਲ ਰਾਤ ਨੂੰ ਵਾਰ-ਵਾਰ ਬਾਥਰੂਮ ਆਉਣ ਦੀ ਪਰੇਸ਼ਾਨੀ ਹੋ ਸਕਦੀ ਹੈ। ਨੰਬਰ 25 ਜੇਕਰ ਗਰਮੀ ਦੀ ਵਜ੍ਹਾ ਨਾਲ ਬੁਖਾਰ ਹੋਇਆ ਤਾਂ ਕਦੂ ਨੂੰ ਕੱਟ ਕੇ ਪੈਰਾਂ ਦੀ ਤਲੀਆਂ ਤੇ ਮਾਲਿਸ਼ ਕਰਨ ਨਾਲ ਬੁਖਾਰ ਜਲਦੀ ਉਤਰ ਜਾਵੇਗਾ। ਨੰਬਰ 26 ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਦੰਦ ਮਜ਼ਬੂਤ ਅਤੇ ਸਾਫ਼ ਰਹਿਣਗੇ ਨੰਬਰ 27 ਸਵੇਰ ਦੇ ਖਾਣੇ ਵਿੱਚ ਗਾਂ ਦੇ ਦੁੱਧ ਤੋਂ ਬਣਿਆ ਹੋਇਆ ਤਾਜ਼ਾ ਦਹੀਂ ਖਾਣਾ ਚਾਹੀਦਾ ਹੈ ਇਸ ਨਾਲ ਪੇਟ ਠੀਕ ਰਹਿੰਦਾ ਹੈ ਨੰਬਰ 28 ਧੁੱਪ ਵਿੱਚ ਜ਼ਿਆਦਾ ਰਹਿਣ ਦੇ ਕਾਰਨ ਤੁਹਾਡੇ ਚਿਹਰੇ ਦਾ ਰੰਗ ਕਾਲਾ ਪੈ ਗਿਆ ਹੈ ਤਾਂ ਗੂਰਾਂ ਦਾ ਰਸ ਆਪਣੇ ਚਿਹਰੇ ਤੇ ਲਗਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦਾ ਰੰਗ ਸਾਫ਼ ਹੋ ਜਾਵੇਗਾ ਨੰਬਰ 29 ਅਮਬਲੀ ਦਾ ਮਰਬਾ ਖਾਣ ਨਾਲ ਕਦੇ ਵੀ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ। ਨੰਬਰ 3 ਕੇਲੇ ਦੇ ਛਿਲਕੇ ਨੂੰ ਕਦੇ ਵੀ ਸੁੱਟਣਾ ਨਹੀਂ ਚਾਹੀਦਾ। ਇਸ ਨੂੰ ਆਪਣੇ ਚਿਹਰੇ ਤੇ ਮਲ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਨਿੱਖਰ ਜਾਵੇਗਾ। ਇਸ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।